ਫਿਰ ਬਾਅਦ 'ਚ ਉਹਨਾਂ ਨੇ ਆਪਣੇ ਆਪ ਨੂੰ ਨਿਕਲ ਕੀਤਾ, ਲੇਕਿਨ ਜਿਸ ਉਹਨਾਂ ਦੇ ਦੋਵੇਂ ਛੋਟੇ ਭਾਈਆਂ ਦੇ ਮ੍ਰਿਤੂ ਹੋ ਗਈ, ਉਹ ਉਹਨਾਂ ਤੋਂ ਅਸਹਿ ਸੀ। ਫਿਰ ਉਸ ਤੋਂ ਬਾਅਦ ਭਾਈ ਕਾਨ ਸਿੰਘ ਬਹੁਤੇ ਅਰਸਾ ਜੀ ਨਹੀਂ ਰਹਿ ਸਕੇ, ਲੇਕਿਨ ਭਾਈ ਕਾਨ ਸਿੰਘ ਦੀ ਸਾਰੀ ਕੰਟਰੀਬਿਊਸ਼ਨ ਜਿਹੜੀ ਅੱਜ ਅਸੀਂ ਚਰਚਾ ਕਰ ਰਹੇ ਹਾਂ, ਉਹਦਾ ਹਾਲ ਮੈਂ ਤੁਹਾਨੂੰ ਦੱਸਿਆ ਕਿ ਅੱਜ ਯੂਨੀਵਰਸਿਟੀ ਯਤਨ ਕਰ ਰਹੀ ਹੈ, ਉਹ ਅੰਗਰੇਜ਼ੀ ਅਨੁਵਾਦ ਕਰਵਾ ਰਹੀ ਹੈ, ਉਹ ਹਿੰਦੀ ਅਨੁਵਾਦ ਕਰਵਾ ਰਹੀ ਹੈ, ਔਰ ਉਸ ਦੇ ਜਿਹੜੇ ਉਹ ਬਾਅਦ ਦੇ ਅਪੈਂਡਿਕਸ ਜਾਂ ਉਹ ਸਾਰੀਆਂ ਐਂਟਰੀਆਂ ਆਪਣੀ ਆਪ ਨੂੰ ਕਰਵਾ ਰਹੀ ਹਾਂ। ਚੰਗਾ ਹੋਵੇ ਕਿ ਯੂਨੀਵਰਸਿਟੀ ਇਸ ਨੂੰ ਅਪਡੇਟ ਕਰੇ। ਜੋ ਸਾਡੇ ਸਾਹਮਣੇ ਭਾਈ ਕਾਨ ਸਿੰਘ ਦਾ ਇਹ ਮਹਾਨ ਕੋਸ਼ ਹੈ, ਜਿਹੜੇ ਉਹ ਐਂਟਰੀਆਂ ਨੇ ਸ਼ਬਦਾਂ ਦੀ ਐਂਟਰੀ ਨੂੰ ਛੱਡ ਕੇ ਦੂਸਰੀ ਐਂਟਰੀ ਜਿਹੜੀਆਂ ਨੇ ਇਹ ਵਿਕਸਨਸ਼ੀਲ ਨੇ, ਵਿਕਾਸ ਕਰਦੀਆਂ ਨੇ, ਇੱਕ ਥਾਂ 'ਤੇ ਸਥਿਰ ਨਹੀਂ ਆ, ਅਰਥ ਸਥਿਰ ਨੇ। ਲੇਕਿਨ ਉਹ ਜਿਹੜੇ ਵਿਕਾਸ ਕਰਦੇ ਨੇ, ਦਿਨ ਬ ਦਿਨ ਜਿਹੜੀ ਚੀਜ਼ ਡਿਵੈਲਪ ਹੋ ਰਹੀ, ਨਵੀਆਂ ਪ੍ਰੋਬਲਮਸ ਆ ਰਹੀਆਂ, ਨਵੀਆਂ ਐਂਟਰੀਆਂ ਆ ਰਹੀਆਂ ਨੇ, ਉਹਨਾਂ ਨੂੰ ਛਾਪੋ। ਜਿੱਥੇ ਭਾਈ ਕਾਨ ਸਿੰਘ ਦੀ ਐਂਟਰੀ ਖਤਮ ਹੁੰਦੀ ਹੈ, ਉਸ ਨੂੰ ਅੱਗੇ ਅਗਰ ਤੋਰਨਾ ਹੈ ਤਾਂ ਟਾਈਪ ਬਦਲ ਦਿਓ, ਉਸ ਵਿੱਚ ਐਡੀਸ਼ਨ ਪਾ ਦਿਓ, ਤਾਂ ਕਿ ਜਾਂ ਹੋਰ ਨਵੀਆਂ ਐਂਟਰੀਆਂ ਕਰਨੀਆਂ ਉਹ ਨਵੇਂ ਟਾਈਪ ਵਿੱਚ ਪਾ ਦਿਓ, ਤਾਂ ਕਿ ਅਗਰ ਕੋਈ ਬਾਹਰ ਬੈਠਾ ਅੰਗਰੇਜ਼ੀ ਵਿੱਚ ਵੀ ਭਾਈ ਕਾਨ ਸਿੰਘ ਦਾ ਕੋਰਸ ਅਟੈਂਡ ਕਰੇਗਾ, ਉਹ ਪੜ੍ਹੇਗਾ, ਅਤੇ ਉਸਨੂੰ ਇੱਕ ਥਾਂ 'ਤੇ ਆ ਕੇ ਫੁੱਲ ਸਟਾਪ ਨਹੀਂ ਲੱਗੇਗਾ, ਉਸਨੂੰ ਹੋਰ ਇਨਫੋਰਮੇਸ਼ਨ ਲਈ ਇੱਕ ਪਾਣ ਨਹੀਂ ਕਰਨੀ ਪਏਗੀ, ਉੱਥੋਂ ਹੀ ਸਭ ਕੁਛ ਮਿਲ ਜਾਏਗਾ। ਇਹ ਤਦ ਹੀ ਹੋ ਸਕਦਾ ਹੈ ਕਿ ਅਸੀਂ ਭਾਈ ਕਾਨ ਸਿੰਘ ਦੇ ਇਸ ਕੋਰਸ ਨੂੰ ਰੈਲੇਵੈਂਟ ਬਣਾਉਣ ਲਈ, ਆਧੁਨਿਕ ਯੁੱਗ ਨਾਲ ਸਮੇਂ ਦਾ ਹਾਣੀ ਬਣਾਉਣ ਲਈ, ਇਸ ਦੇ ਵਿੱਚ ਜਿੰਨੀਆਂ ਵੀ ਐਂਟਰੀਆਂ ਨੇ, ਖਾਸ ਤੌਰ 'ਤੇ ਜਿਹੜੀਆਂ ਕਿਸੇ ਵਿਅਕਤੀ ਬਾਰੇ, ਕਿਸੇ ਸਮੱਸਿਆ ਬਾਰੇ, ਕਿਸੇ ਲਹਿਰ ਬਾਰੇ, ਜਾਂ ਕਿਸੇ ਰਾਜ ਪਰਿਵਾਰ ਜਾਂ ਗੁਰਦੁਆਰੇ ਦੇ ਬਾਰੇ, ਉਹਨਾਂ ਦਾ ਜਿਹੜਾ ਹੁਣ ਵਿਕਾਸ ਹੋਇਆ, ਉਸ ਵਿੱਚ ਵਿਕਾਸ ਨੂੰ ਸਾਹਮਣੇ ਰੱਖ ਕੇ ਉਹ ਐਂਟਰੀਆਂ ਹੋਰ ਅੱਗੇ ਵਧਾਈਆਂ ਜਾਣ, ਅਤੇ ਇਸ ਤਰੀਕੇ ਨਾਲ ਭਾਈ ਕਾਨ ਸਿੰਘ ਦੇ ਇਸ ਮਹਾਨ ਯਤਨ ਨੂੰ ਯੁੱਗ ਦੇ ਅਨੁਕੂਲ ਵੱਖ ਕਹਾਣੀ ਸੁਣਾ ਕੇ ਅਸੀਂ ਉਸ ਦੀ ਐਕਟਾ, ਅਸੀਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ। ਇਹ ਜਨਮਦਿਨ ਮਨਾਉਣ ਦਾ ਸਾਰਥਕ ਅਰਥ ਇਹ ਹੈ ਕਿ ਭਾਈ ਕਾਨ ਸਿੰਘ ਦੇ ਉਸ ਕੰਮ ਨੂੰ ਅਸੀਂ ਹੋਰ ਅੱਗੇ ਤੋਰੀਏ, ਅਤੇ ਫਿਰ ਇਸ ਦੇ ਨਾਲ ਇਹ ਵੀ ਹੈ ਕਿ ਅੱਜ ਤੱਕ ਕਿੰਨੀਆਂ ਸੰਸਥਾਵਾਂ ਨੇ, ਕਿੰਨੇ ਪ੍ਰੋਫੈਸਰ ਨੇ, ਕਿੰਨੀਆਂ ਯੂਨੀਵਰਸਿਟੀਆਂ ਨੇ, ਲੇਕਿਨ ਲੋੜ ਹੈ ਭਾਈ ਕਾਨ ਸਿੰਘ ਹੋਰ ਪੈਦਾ ਕਰਨ ਦੀ, ਤਾਂ ਕਿ ਪੰਜਾਬੀ ਜਿਹੜਾ ਜਗਤ ਹੈ ਉਸ ਦੇ ਵਿੱਚ ਮਹੱਤਵਪੂਰਨ ਗ੍ਰੰਥਾਂ ਦੀ ਰਚਨਾ ਹੁੰਦੀ ਹੈ, ਅਤੇ ਇਹ ਜਿਹੜਾ ਹੋਰ ਭਾਈ ਕਾਨ ਸਿੰਘ ਪੈਦਾ ਕਰਨੇ ਹੈ, ਇਹ ਸਾਨੂੰ ਪਤਾ ਹੈ ਵਿਦਵਾਨਾਂ ਦੀ ਕਿੱਲਤ ਹੋ ਗਈ ਬਹੁਤ ਪੰਜਾਬੀ ਦੇ ਵਿੱਚ, ਇਸ ਦੀ ਜਿਹੜੀ ਉੱਨਤੀ ਕਰਨੀ ਹੈ ਜਾਂ ਅਸੀਂ ਹੋਰ ਵਿਦਵਾਨ ਪੈਦਾ ਕਰਨੇ, ਅਸਾਂ ਵਿੱਚ ਹੀ ਹੋਣਾ ਹੈ। ਅਸੀਂ ਉਸ ਗੱਲ ਨੂੰ ਸਮਝੀਏ ਜਿਸ ਤਰੀਕੇ ਨਾਲ ਭਾਈ ਕਾਨ ਸਿੰਘ ਇੰਨੀਆਂ ਮੁਸ਼ਕਿਲਾਂ ਦੇ ਨਾਲ ਸਾਨੂੰ ਮਹਾਨ ਭੇਜਦੇ ਗਏ, ਸਾਡੇ ਪਾਸ ਤੋਂ ਮੁਸ਼ਕਿਲਾਂ ਨਹੀਂ, ਪੈਸਾ ਹੈ, ਸਭ ਕੁਛ ਹੈ, ਅਤੇ ਫਿਰ ਅਸੀਂ ਕੋਈ ਪੁੱਛ ਲਈਏ ਇਸ ਵਾਸਤੇ ਭਾਈ ਕਾਨ ਸਿੰਘ ਦਾ ਇਹ ਜਨਮ ਦਿਨ ਮਨਾਇਆ ਜਾਂ ਇਸ ਤੋਂ ਅੱਗੇ ਮਨਾਏ ਜਾਣ ਵਾਲੇ ਦਿਨ ਤਦ ਹੀ ਸਫਲ ਨੇ, ਤਦ ਹੀ ਕਾਮਯਾਬ ਨੇ, ਜੇ ਅਸੀਂ ਭਾਈ ਕਾਨ ਸਿੰਘ ਦੇ ਲਕਸ਼ ਕਦਮ 'ਤੇ ਚੱਲ ਕੇ ਗੁਰਮਤ ਦੀ ਵਿਆਖਿਆ ਦੇ ਵਿੱਚ ਜਾਂ ਗੁਰਬਾਣੀ ਦੀ ਵਿਆਖਿਆ ਵਿੱਚ ਜਾਂ ਸਿੱਖ ਧਰਮ ਦੀ ਵਿਆਖਿਆ ਵਿੱਚ ਅੱਗੇ ਵਧੀਏ, ਅਤੇ ਭਾਈ ਕਾਨ ਸਿੰਘ ਦੀ ਯਾਦ ਨੂੰ ਨਿਰਭਾ ਦਾ ਖਤਰੇ ਲੈ ਕੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਤੋਂ ਮਦਦ ਪਹੁੰਚਾ।